आज ना आज स्पेशल आके गोलगप्पे जड़े है ना थोड़ी जी टेस्ट करिए ते ऐ पता कि लोकेशन जड़ी है ना बाबा ताज होरी ਤੁਹਾਡੇ ਸਾਹਮਣੇ ਰਾਣੇ ਗਾਹਕ ਸਾਡਾ ਤਕਰੀਬਨ ਜਿਹੜਾ ਆਇਆ ਤੁਹਾਨੂੰ ਸਾਰੇ ਪੂਰੇ ਪਲਵਾਲ ਵਾਲੇ ਜਾਣਦੇ ਹੋਣੇ ਯਾਰ ਬ੍ਰਾਂਡਡ ਇਹਦਾ ਨਾ ਹੀ ਬ੍ਰਾਂਡ ਜੇ ਲੇਕਿਨ ਇੱਕ ਵਾਰ ਨਾ ਇਹ ਨਹੀਂ ਆਦਾ ਕਿ ਕਿਸੇ ਦੇ ਖਰਾਬ ਹੈ ਇੱਕ ਵਾਰ ਆਦਾ ਤੁਸੀਂ ਬਾਬੇ ਹੋਰਾਂ ਦੇ ਚੈੱਕ ਕਰਿਓ ਜੇ ਮਜ਼ੇ ਦੇ ਨਾਲ ਲੱਗੇ ਗੋਲਗੱਪੇ ਗੋਲਗੱਪੇ ਆ ਕੇ ਟਰਾਈ ਕਰਿਓ ਮਸਟ ਟਰਾਈ ਕਰਨੇ ਵਾਲੇ ਜੇ ਮਜ਼ਾ ਆਏਗਾ ਯਾਰ ਅਸੀਂ ਤਕਰੀਬਨ ਜਿਹੜਾ ਹੈ ਨਾ ਇੱਥੋਂ ਹੀ ਖਾਂਦੇ ਹਾਂ ਕਿਉਂਕਿ ਦੁਕਾਨ 'ਤੇ ਵੀ ਖਾ ਕੇ ਦੂਸਰਿਆਂ 'ਤੇ ਵੀ ਜਿਹੜੀਆਂ ਨਾ ਚੰਗੇ ਬ੍ਰਾਂਡ ਸ਼ਰੈਂਡ ਵੀ ਹੈ ਉੱਥੇ ਵੀ ਖਾ ਕੇ ਚੈੱਕ ਕੀਤਾ ਲੇਕਿਨ ਸਾਨੂੰ ਜਿਹੜਾ ਮਜ਼ਾ ਨਹੀਂ ਆਇਆ ਲੇਕਿਨ ਜਿਹੜਾ ਬਜ਼ੁਰਗਾਂ ਦੇ ਆਦੇ ਵਿੱਚ ਜਿਹੜਾ ਟੇਸਟ ਹੈ ਨਾ ਇੱਕ ਉਹਨਾਂ ਦਾ ਆਪਣੇ ਸਾਰੇ ਜਿਹੜੇ ਵੀ ਆ ਰਹੇ 500 ਦੇ ਇਹ ਜਿਹੜੀ ਲੋਕੇਸ਼ਨ ਜਿਹੜੀ ਹੈ ਨਾ ਇਹ ਬਿਲਕੁਲ ਹੈ ਥਾਣਾ ਚੌਕ ਜੀ ਨੂੰ ਆ ਜਾਓ ਲੰਡੇ ਬਾਜ਼ਾਰ ਦੀ ਗੁੜ ਦੇ ਵਿੱਚ ਬਾਜ਼ਾਰ ਵਾਲੀ ਸਾਈਡ 'ਤੇ ਨਾ ਇਹ ਸਾਹਮਣੇ ਤੁਹਾਨੂੰ ਦੁਕਾਨ ਹੈ ਦੂਜੀ ਦੁਕਾਨ ਹੈ ਇਹਨਾਂ ਦੇ ਬਿਲਕੁਲ ਆਪੋਜ਼ਿਟ ਜਿਹੜਾ ਹੈ ਨਾ ਪੂਰਾ ਲੱਗੇ ਹੁੰਦੇ ਐਲਜੀਜ਼ਾ ਵਗੈਰਾ ਹੋ ਗਏ ਨਾ ਐਲਜੀਜ਼ਾ ਵਗੈਰਾ ਕੁਲਫੀ ਦੇ ਉਹਨਾਂ ਦੇ ਬਿਲਕੁਲ ਸਾਹਮਣੇ ਰੇੜੀ ਲਾਉਂਦੇ ਨੇ ਇਹ ਮਗਰੋਂ ਤੋਂ ਬਾਅਦ ਇੱਥੇ ਲਾਉਂਦੇ ਨੇ ਬਾਕੀ ਜਿਹੜਾ ਨਾ ਟੁਰ ਫਿਰ ਕੇ ਜਿਹੜਾ ਹੈ ਸੀਨ ਉਹਨਾਂ ਬਣਾਇਆ ਹੁੰਦਾ ਅਤੇ ਅਸੀਂ ਹੁਣ ਇਹਦਾ ਜਿਹੜਾ ਇੱਕ ਚੈਲੇਂਜ ਹੀ ਕਰਾਂਗੇ ਸਪੈਸ਼ਲ ਆਇਆ ਲੈਣੇ ਵਾਸਤੇ ਅਤੇ ਹੁਣ ਲੈ ਕੇ ਚੱਲੇ ਹਾਂ ਨਾਲੇ ਆਪੇ ਸ਼ੂਗਰ ਮੇਲਾ ਹੀ ਬਣਾਵਾਂਗੇ ਅਤੇ ਤੁਹਾਨੂੰ ਨਾਲੇ ਵਿਖਾਉਂਦੇ ਹਾਂ ਇਹਨਾਂ ਬਾਰੇ ਦੱਸੋ ਇਹ ਸਾਨੂੰ ਨਾ ਸਪੈਸ਼ਲ ਭਰ ਕੇ ਦਿੱਤੇ ਨਹੀਂ ਆਦੇ ਨਹੀਂ ਬਟ ਆਏ ਹੋਏ ਤਾਂ ਇਹਨੇ ਤਾਂ ਨਹੀਂ ਨਾ ਜਾਣਾ ਤੁਸੀਂ ਇਹ ਜਿਹੜਾ ਨਾ ਟਰਾਈ ਕਰੋ ਆਸਮ ਸਾਹਿਬ ਆਸਮ ਹਾਂ स्पेशल आसम पर चैलेंज आसम त्यार है वो कर रहे हैं चलो पता लगता है यार पता की है मैं तो थोड़े चमच आ रही थी देखिए कि मिट्टी जी है लेकिन एक गल है किसी ने जी चीज मिस करता गया एक गोल गप्पे दे समझो कि प्रोसीजर करा दें जिस तरह पहले बना पहले नहीं स्टार्ट करना है अपने अपने चुके रख लो रखो प्लेट रखो रख लो हाँ उस हिसाब से चलो रखो पता ही नहीं करने मैं दसदा पा जिन्हें चीज मिस कर गया तो भाई पानी चटनी सारी लानी है फुल बनाना है चलो लेट्स गो शुरू तेरा मेरा अभी जी हाँ जी जिसके के तासुरात में कैसा लग रहा है बहुत मजा आ रहा है यहाँ पे बहुत अच्छा लग रहा है बहुत अच्छा लग रहा है पहले कौन है आसम आया है आसम पहले मैं पहले नंबर गया हूँ हरने वाली हार गया यार मैं तीसरे नंबर गया मैं सेकंड दूजा है वेखो ने वैसे यार मजाक नहीं है सीरियस
मैं तो यार बड़ी चास आई है नहीं, क्योंकि यार बबे ताज दे यार गोलगप्पे बड़े यार तकरीबन सारे ने भलवाल वाले जितने भी हैं ना उन्हें सारे टेस्ट किए होने उन्होंने जेड़ा है ना म्यार काफ़ी अच्छा है जिस टाइम दिखाते भी है ना म्यार बहुत ज़्यादा ही उन्होंने अच्छा जा रहा अजे तक फिलहाल तो बाद का पता कोई नहीं है। बाकी यार चास आ गई है अरे हाँ ता भी चास आ गई लेकिन यार अज पता लगे जवान घट कोई नहीं किसी टाइम मार जाने तो बखरी गल है लेकिन अज छिड़के लेकिन जी टम तक एंड काम ठीक है बदूशा आ रही फिर आ चुके आस। बाकी यार अगर जे साडा चैलेंज जेड़ा सी कीता निक्का मोटे पे कर रहा ते अगर चंगा लगा हो तो लाइक शेयर तो कमेंट करें बाकी सब दसना कि साड़ी जी आदत भैड़ी लगी है लेकिन तुम्हें पता कि चैलेंज फिर इंजी होते हैं कि बदूशा रिखाड़ा पैदा फिर तो मज़ा आया सन अगर वीडियो वेख के मज़ा आया तो लाइक शेयर तो कमेंट करना है तो वीडियो जितना हो सके शेयर भी करना है तो एक बार यार ट्राई करो एक चीज़ ट्राई करने के बड़े मज़े दे यार लगता है ਕਿਹੜੇ ਕਿਹੜੇ ਬੰਦੇ ਇਹ ਚੀਜ਼ ਚੈਨਲ ਆਪਣੇ ਜਿਹੜਾ ਤੁਸੀਂ ਚੈਲੰਜ ਕਰਦੇ ਰਹਿੰਦੇ ਦੋਸਤਾਂ 'ਚ ਬਹਿ ਕੇ ਸਾਨੂੰ ਵੀ ਦੱਸੋ ਤਾਂ ਕਿ ਅਸੀਂ ਵੀ ਉਹ ਕਰੀਏ ਅਤੇ ਬਾਕੀ ਹੋਰ ਵੀ ਸਾਨੂੰ ਦੱਸੋ ਕਿ ਕਿਹੜੀ ਕਿਹੜੀ ਚੀਜ਼ ਦਾ ਜਿਹੜਾ ਨਾ ਅਸੀਂ ਇੰਝ ਚੈਲੰਜ ਤੁਹਾਡੇ ਸਾਹਮਣੇ ਲੈ ਕੇ ਤੁਹਾਨੂੰ ਜਿਹੜਾ ਨਾ ਮੋਟੀਵੇਟ ਜਿੰਨਾ ਵੀ ਹੋ ਸਕੇ ਤੁਹਾਨੂੰ ਇੱਕ ਜਿਹੜਾ ਨਾ ਚੰਗੀ ਝਾਸੀ ਵੀਡੀਓ ਬਣਾਈ ਇੰਟਰਟੇਨਮੈਂਟ ਵਗੈਰਾ ਸਾਰੀ ਯਾਰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਸੀਂ ਜਿਹੜਾ ਨਾ ਥੋੜ੍ਹ ਜਿਹਾ ਇੰਝ ਹੋ ਜਾਂਦੇ ਅਤੇ ਲੇਕਿਨ ਯਾਰ ਮਜ਼ਾ ਆਉਂਦਾ ਬਾਕੀ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਸਾਨੂੰ ਦੁਆਵਾਂ ਯਾਦ ਰੱਖਣਾ ਇਨਸ਼ਾਅੱਲਾ ਇਨਸ਼ਾਅੱਲਾ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਹੋਰ ਚੰਗਾ ਚੰਗਾ ਅੱਲਾ ਹਾਫਿਜ਼ ਅੱਲਾ ਹਾਫਿਜ਼ ਮੈਂ ਵੀ ਇੱਕ